ਤੇ ਮਹਿਲਾ ਦਿਵਸ ਦੇ ਮੌਕੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਨਵਜੋਤ ਕੌਰ ਸਿੱਧੂ ਪਹੁੰਚੇ। ਇਸ ਮੌਕੇ ਨਵਜੋਤ ਕੌਰ ਸਿੱਧੂ ਜਦੋਂ ਨਹੀਂ ਪਹੁੰਚੇ ਤਾਂ ਉਹਨਾਂ ਦੀ ਥਾਂ ਦੇ ਉੱਤੇ ਉੱਥੇ ਜੋ ਹੋਰ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਤਾਲਾ ਖੋਲ੍ਹ ਕੇ ਇਸ ਪ੍ਰੋਗਰਾਮ ਨੂੰ ਸ਼ੁਰੂਆਤ ਕਰ ਦਿੱਤੀ ਗਈ। ਇਸ ਤੋਂ ਬਾਅਦ ਉੱਥੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਆਈਆਂ ਔਰਤਾਂ ਨੇ ਕਾਂਗਰਸ ਦੇ ਖਿਲਾਫ ਆਪਣਾ ਰੋਸ ਵੀ ਜ਼ਾਹਰ ਕੀਤਾ। ਜਾਂਦਾ ਹੈਗਾ ਤੁਸੀਂ ਦੇਖੋ ਕਿ ਸਾਰੀਆਂ ਜਿਹੜੀਆਂ ਮਹਿਲਾਵਾਂ ਨੇ ਉਸ ਵਿੱਚ ਔਰਗਨਾਈਜ਼ਰ ਵੀ ਸੀ, ਸ਼ਾਮਿਲ ਹੋਣ ਲਈ ਵੀ ਪਹੁੰਚੇ ਸੀ। ਨਵਜੋਤ ਕੌਰ ਸਿੱਧੂ ਇੱਥੇ ਪਹੁੰਚਣਾ ਸੀ ਖਾਸ ਤੌਰ 'ਤੇ ਕਿਉਂਕਿ ਵੂਮਨ ਅਤੇ ਜਿਵੇਂ ਜਗ੍ਹਾ ਜਗ੍ਹਾ 'ਤੇ ਹੋ ਰਹੇ ਨੇ ਤਾਂ ਕਾਂਗਰਸ ਕਨਵੀ ਹੈਗਾ ਸੀ। ਮੈਡਮ ਪੂਰਨ ਸ਼ਰਮਾ ਸਾਡੇ ਨਾਲ, ਮੈਡਮ ਦੇਖਿਆ ਜਾਵੇ ਆਪਣੇ ਹੀ ਦਫ਼ਤਰ ਦੇ ਅੱਗੇ ਤੁਸੀਂ ਕਾਂਗਰਸ ਦੇ ਪੁਰਾਣੇ ਸਿਪਾਹੀ ਹੈਗੇ ਹੋ ਅਤੇ ਉੱਥੇ ਤੁਹਾਨੂੰ ਧਰਨਾ ਦੇਣ ਦੀ ਲੋੜ ਪਈ ਹੈਗੀ? ਇਹੀ ਤਾਂ ਮੈਂ ਦੱਸ ਰਹੀ ਹਾਂ ਜੀ, ਪੁਰਸ਼ ਪ੍ਰਧਾਨ ਦੇਸ਼ ਹੈ, ਪਵਨ ਇੱਕ ਰਹੇ ਹੈ, ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਤੋਂ ਬਿਨਾਂ ਇਲੈਕਸ਼ਨ ਜਿੱਤ ਲੈਣਗੇ। ਨਵਜੋਤ ਸਿੱਧੂ ਤੋਂ ਇੰਨਾ ਕੀ ਖੌਫ ਸੀ, ਉਹ ਮੇਰੀ ਚੀਫ ਗੈਸਟ ਸੀਗੀ, ਮੈਂ ਫੰਕਸ਼ਨ ਰੱਖਿਆ ਸੀ, ਔਰ ਮੈਂ ਅੱਜ ਉਹਨਾਂ ਨੂੰ ਬੁਲਾਇਆ ਨਹੀਂ ਫਿਰ ਇੱਥੇ ਕਿ ਮੈਂ ਤਾਲਾ ਕਿਉਂ ਦਿਖਾਵਾਂ ਆਪਣੇ ਚੀਫ ਗੈਸਟ ਨੂੰ। ਮੈਂ ਉਹਨਾਂ ਨੂੰ ਕਿਹਾ ਜੀ ਤੁਹਾਨੂੰ ਆਉਣ ਦੀ ਲੋੜ ਨਹੀਂ, ਮੈਂ ਦਿਨ ਰਾਤ ਇੱਥੇ ਬੈਠੂੰਗੀ। ਸਿੱਧੂ ਨੂੰ ਦੱਸਿਆ ਤੁਸੀਂ ਕਿਸ ਤਰ੍ਹਾਂ ਦਾ ਪੂਰੇ ਇਹ ਹੋ ਗਿਆ ਕਿ ਲੋਕ ਨਹੀਂ ਖੋਲ੍ਹਿਆ ਹੈਗਾ? ਹਾਂਜੀ, ਮੈਂ ਉਹਨਾਂ ਨੂੰ ਹੁਣ ਇਤਲਾਹ ਕੀਤੀ ਹੈ ਕਿ ਤੁਸੀਂ ਆਉਣਾ ਨਹੀਂ ਹੈ ਫੰਕਸ਼ਨ 'ਚ, ਕਿਉਂਕਿ ਸਾਨੂੰ ਹੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ, ਅਸੀਂ ਤੁਹਾਨੂੰ ਬੁਲਾ ਕੇ ਆਪਣੇ ਚੀਫ ਗੈਸਟ ਦੀ ਤੋਹੀਨ ਨਹੀਂ ਕਰਨਾ ਚਾਹੁੰਦੇ। ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਕਾਗਜ਼ ਭਰੇ ਗਏ, ਨਵਜੋਤ ਕੌਰ ਸਿੱਧੂ ਨੇ ਜਿੱਦਾਂ ਕਾਗਜ਼ ਭਰੇ ਉਸ ਦਿਨ ਤੋਂ ਹੀ ਕਹਿ ਸਕਦੇ ਹਾਂ ਕਿ ਅਲੱਗ ਅਲੱਗ ਬਿਆਨਬਾਜ਼ੀ ਸ਼ੁਰੂ ਹੋ ਗਈ। ਮਨੀਸ਼ ਧਵਾੜੀ ਧੜਾ ਕੁਛ ਕਹਿਣ ਲੱਗ ਗਿਆ, ਪਵਨ ਬਾਂਸਲ ਕੋ ਕਹਿਣ ਲੱਗ ਗਏ ਮੈਂ ਪੁਰਾਣਾ ਸਿਪਾਹੀ ਹਾਂ, ਮੈਨੂੰ ਟਿਕਟ ਮਿਲੂ। ਲੱਗਦਾ ਕਿ ਰਾਜਨੀਤੀ ਦੇ ਇਸ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਚੰਡੀਗੜ੍ਹ ਕਾਂਗਰਸ ਹੈ ਉਹ ਸਵਾਲਾਂ ਦੇ ਘੇਰੇ 'ਚ ਆ ਚੁੱਕੀ ਹੈਗੀ? ਮੈਂ ਨਹੀਂ ਸਮਝਦੀ ਸਵਾਲਾਂ ਦੇ ਘੇਰੇ 'ਚ ਆ ਚੁੱਕੀ ਹੈ, ਕਿਉਂਕਿ ਮਨੀਸ਼ ਤਿਵਾਰੀ ਵੀ ਸਾਡੇ ਬ੍ਰਦਰ ਹਨ, ਉਹਨਾਂ ਦਾ ਵੀ ਰਾਈਟ ਹੈ ਇੱਥੇ ਇਲੈਕਸ਼ਨ ਲੜਨ ਦਾ। ਮੈਂ ਤਾਂ ਪਹਿਲਾਂ ਨਹੀਂ ਸੁਣੀਏ, ਮੈਂ ਉਹਨਾਂ ਨੂੰ ਇਹੀ ਖੌਫ ਹੈ ਵੀ ਮਨੀਸ਼ ਤਿਵਾਰੀ ਇੱਕ ਕੈਂਡੀਡੇਟ ਚੰਗਾ ਠੀਕ ਠਾਕ ਆ ਗਿਆ, ਨਵਜੋਤ ਕੌਰ ਜੀ ਹੋਰ ਠੀਕ ਠਾਕ ਆ ਗਏ, ਪਹਿਲੀ ਵਾਰ ਉਹਨਾਂ ਨੂੰ ਇੱਦਾਂ ਦਾ ਖੌਫ ਔਰ ਡਰ ਲੱਗ ਰਿਹਾ, ਕਿਉਂਕਿ ਪਹਿਲੇ ਤਾਂ ਵਨ ਮੈਨ ਸ਼ੋਅ ਹੀ ਹੁੰਦਾ ਉਹਨਾਂ ਦਾ ਕਿ ਮੈਨੂੰ ਟਿਕਟ ਮਿਲਣੀ ਹੈ, ਮੈਂ ਇਲੈਕਸ਼ਨ ਲੜਨਾ। ਅਤੇ ਹੁਣ ਆਖਰ ਤੁਹਾਨੂੰ ਪੁੱਛੂੰਗਾ ਕਿ ਇਹ ਜਿਹੜਾ ਹੁਣ ਤੁਸੀਂ ਜਿਵੇਂ ਗੱਦੇ ਵਿਛਾਏ ਨੇ, ਇੱਧਰ ਵਿਛਾਈ ਹੈ, ਇਹ ਰਹਿਣਾ ਜੀ, ਅਸੀਂ ਰਾਤ ਭਰ ਛੋੜੋ, ਮੈਂ 10 ਦਿਨ ਤੱਕ ਘਰ ਨਹੀਂ ਜਾਣ ਵਾਲੀ। ਕੀ ਤੁਸੀਂ ਆਖਰ ਸੋਚਦੇ ਕੀ ਹੋਵੇ, ਕੀ ਹੋਵੇ ਕਿ ਔਰ ਅਗਰ ਮੇਰੀ ਲਾਸ਼ ਤੋਂ ਨਿਕਲ ਕੇ ਤਾਲਾ ਖੋਲ੍ਹਣਾ ਹੋਏ ਤਾਂ ਰਾਹੁਲ ਗਾਂਧੀ ਨੂੰ ਚਾਹੀਦਾ ਕਿ ਉਹ ਮੇਰੀ ਲਾਸ਼ ਵਿਛਾ ਦੇਣ ਇੱਥੇ, ਪ੍ਰਧਾਨ ਨੂੰ ਕਹੋਵੇ, ਜੇ ਉਹ ਮੈਨੂੰ ਚਾਹਣਗੇ ਮੇਰੇ ਤੋਂ ਸੌਰੀ ਫੀਲ ਕਰਨ ਜਾਂ ਕਿਉਂ ਨਹੀਂ ਜਵਾਬ ਦੇਣ ਉੱਪਰ ਪਾਰਟੀ ਨੂੰ ਵੀ ਕਿਉਂ ਨਹੀਂ ਭਵਨ ਖੋਲ੍ਹਿਆ ਗਿਆ। ਇਹ ਪਾਰਟੀ ਤੱਕ ਉੱਪਰ ਲੈ ਕੇ ਉਹ ਗੱਲਬਾਤ ਹੋਈ ਹੈ ਥੋੜ੍ਹੀ ਜਿਹੀ ਕਰਨੀ ਹੈ, ਮੈਂ ਫੈਕਸ ਕਰ ਰਹੀ ਹਾਂ ਉਹਨਾਂ ਨੂੰ, ਮੇਲ ਵੀ ਭੇਜ ਰਹੀ ਹਾਂ ਹੁਣੇ। ਤੁਸੀਂ ਦੇਖੋ ਕਿ ਹੁਣ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ, ਇਹ ਚੰਡੀਗੜ੍ਹ ਦਾ ਜਿਹੜਾ ਸੈਕਟਰ 35 ਦੇ ਵਿੱਚ ਕਾਂਗਰਸ ਭਵਨ ਹੈਗਾ, ਤਾਲੇ ਲੱਗੇ ਹੋਏ ਨੇ ਇਸ ਟਾਈਮ ਦੇ ਉੱਤੇ। ਪਹਿਲਾਂ ਟਾਈਮ ਲਿਆ ਗਿਆ ਸੀਗਾ ਕਿ ਆਖਿਰਕਾਰ ਕਿਉਂਕਿ ਵੂਮਨ ਡੇ ਨੂੰ ਲੈ ਕੇ ਜਿਹੜੇ ਅਲੱਗ ਅਲੱਗ ਫੰਕਸ਼ਨ ਚੱਲ ਰਹੇ ਨੇ, ਪ੍ਰੋਗਰਾਮ ਚੱਲ ਰਹੇ ਹੈਗੇ ਨੇਗੇ, ਤਾਂ ਪੂਨਮ ਸ਼ਰਮਾ ਇਹ ਪੂਰਵ ਮੇਅਰ ਨੇ ਅਤੇ ਨਵਜੋਤ ਕੌਰ ਸਿੱਧੂ ਦੇ ਨਾਲ ਕਿਤੇ ਨਾ ਕਿਤੇ ਹਮਾਇਤ ਕਰਾ ਰਹੇ ਨੇ, ਤਾਂ ਉਹਨਾਂ ਦਾ ਸਭ ਤੌਰ 'ਤੇ ਕਹਿਣਾ ਕਿ ਆਖਿਰ ਜਾਣ ਬੁੱਝ ਕੇ ਪਵਨ ਕੁਮਾਰ ਬਾਂਸਲ ਖੇਮੇ ਨੇ ਆ ਜਿਹੜਾ ਇੱਥੇ ਉਹਨਾਂ ਦਾ ਫੰਕਸ਼ਨ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤੋਂ ਬਾਅਦ ਹੁਣ ਉਹ ਡਟ ਗਏ ਨੇ ਕਿ ਜਦੋਂ ਤੱਕ ਆ ਕੇ ਕੋਈ ਸੌਰੀ ਫੀਲ ਨਹੀਂ ਕਰਦੇ ਹੈਗੇ ਪ੍ਰਦੀਪ ਛਾਬੜਾ ਜਾਂ ਫਿਰ ਉਹਨਾਂ ਦੇ ਸਾਥੀ, ਹਾਈਕਮਾਨ ਨੂੰ ਇਹ ਲੈਟਰ ਭੇਜ ਕੇ ਆਪਦੀ ਜਿਹੜੀ ਹੈ ਕਿ ਸ਼ਿਕਾਇਤ ਰੱਖਣ ਵਾਲੇ ਹੈਗੇ ਨੇਗੇ ਕਿਹਾ ਜਾ ਸਕਦਾ। ਲੋਕ ਸਭਾ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਨੇ ਕਿਤੇ ਨਾ ਕਿਤੇ ਵਿਰੋਧੀਆਂ ਤੋਂ ਤਾਂ ਪਰੇ ਪਰ ਆਪਣੇ ਖੇਮੇ ਦੇ ਵਿੱਚ ਕਾਂਗਰਸ ਉਲਝਦੀ ਹੋਈ ਦਿਖਾਈ ਜ਼ਰੂਰ ਦੇ ਰਹੀ ਹੈ। ਵੀਡੀਓ ਜਨਸ ਨਿਤਿਨ ਦੇ ਨਾਲ ਸੁਮੀ ਜੋਸ਼ੀ, ਲਿਵਿੰਗ ਇੰਡੀਆ ਨਿਊਜ਼, ਚੰਡੀਗੜ੍ਹ।